ਅੱਜ ਸਾਨੂੰ ਮਿਲੌਣ ਜਾ ਰਹੇ ਹਾਂ ਇੱਕ ਅਤਜਾਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਬਾਖੂਬੀ ਸੰਭਾਲਿਆ ਉਸਦੇ ਨਾਲ ਇੱਕ ਹੋਰ ਖਾਸੀਅਤ ਦੱਸ ਦਈਏ ਕਿ ਉਹ ਪੰਜਾਬੀ ਦੇ ਪੋਇਟ ਵੀ ਨੇ ਮੇਰੀ ਮੁਰਾਦ ਸ਼੍ਰੀ ਦੇਵ ਦਰਦਜੀ ਦੇ ਦੇਵ ਜੀ ਸਵਾਗਤ ਹੈ ਤੁਹਾਡਾ ਨਿਊਜ਼ 9 ਪੰਨਾ ਸੰਜੀਵ ਜੀ ਨਮਸਕਾਰ ਔਰ ਮੇਰੇ ਵੱਲੋਂ ਨਿਊਜ਼ 9 ਅੱਜ ਜੁੜੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਨਮਸਕਾਰ ਤੇ ਅਦਾਬ ਦੇਵ ਜੀ ਸਭ ਤੋਂ ਪਹਿਲਾਂ ਸਵਾਲ ਇਹ ਹੋਏਗਾ ਕੀ ਆਮ ਲੋਕਾਂ ਦੇ ਵਿੱਚ ਇਹ ਸਿਰਫ ਦੇਖਣ ਵਾਸਤੇ ਮਿੱਟੀ ਦੇ ਬਰਤਨ ਨੇ ਜਾਂ ਜਾਂ ਕਹਿ ਲਈਏ ਕਿ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਇਹਨਾਂ ਚੀਜ਼ਾਂ ਦੇ ਤੁਸੀਂ ਇਸ ਚੀਜ਼ ਨੂੰ ਸਾਰੇ ਨੂੰ ਸੰਭਾਲ ਲਿਆ ਕਿ ਇਹਦਾ ਲੌਜੀਕ ਸੀ ਇਸ ਦੇ ਪਿੱਛੇ ਸੰਜੀਵ ਜੀ ਇੱਕ ਸਵਾਲ ਤੁਸੀਂ ਪਹਿਲਾਂ ਪੁੱਛ ਰਹੇ ਸੀਗੇ ਕਿ ਹਰ ਵਿਅਕਤੀ ਇੱਕ ਸ਼ੌਕ ਪਾਲਣਾ ਸ਼ੁਰੂ ਕਰਦਾ ਹੈ ਲੇਕਿਨ ਜਦੋਂ ਖਰਚੇ ਦੀ ਗੱਲ ਆਉਂਦੀ ਹੈ ਤੇ ਪੈਰ ਜਿਹੜੇ ਆਪਣੇ ਆਪ ਪਿੱਛੇ ਹੋ ਜਾਂਦੇ ਨੇ ਮੈਂ ਸਮਝਦਾ ਇਹ ਸਵਾਲ ਸਾਡੇ ਜਿਹੜੇ ਵਿਦਿਆਰਥੀ ਆ ਉਹਨਾਂ ਨਾਲ ਜੁੜਦਾ ਹੈਗਾ ਤੇ ਜਿਹੜੇ ਵੀ ਵਿਦਿਆਰਥੀ ਜਿਹੜੇ ਵੀ ਜੁਵਾ ਵਰਗ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਸਭ ਤੋਂ ਪਹਿਲਾ ਮੈਸੇਜ ਮੇਰਾ ਉਹਨਾਂ ਨੂੰ ਹੈ ਜੀ ਕਿ ਤੁਸੀਂ ਸੁਪਨਾ ਲਵੋ ਸ਼ੌਕ ਪਾਲੋ ਜੀ ਆਪਣੇ ਦਿਲ 'ਚ ਆਪਣੇ ਸ਼ੌਕ ਨੂੰ ਆਪਣੀ ਹੌਬੀ ਨੂੰ ਸਥਾਨ ਦਿਓ ਜੀ ਤੁਸੀਂ ਦੇਖੋ ਪਰਮਾਤਮਾ ਉਸ ਤਰ੍ਹਾਂ ਦੇ ਤੁਹਾਡੇ ਸਾਹਮਣੇ ਰਸਤੇ ਪੈਦਾ ਕਰ ਦੇਗਾ ਔਰ ਖਰਚਿਆਂ ਦੀ ਪੂਰਤੀ ਵਾਸਤੇ ਤੁਹਾਨੂੰ ਉਸ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾ ਦੇਗਾ ਕਿ ਤੁਹਾਡਾ ਆਪਣੇ ਆਪ ਜਿਹੜਾ ਇਨਰ ਦੇ ਵਿੱਚ ਪਿਆ ਹੋਇਆ ਸ਼ੌਕ ਹੈ ਉਹ ਮੂਰਤੀਮਾਨ ਹੋਏਗਾ ਦੁਨੀਆ ਦੇ ਸਾਹਮਣੇ ਆਏਗਾ ਔਰ ਤੁਸੀਂ ਵੱਡੀਆਂ ਪੁਲਾਹਾਂ ਪੁੱਟਣ ਦੇ ਕਾਬਿਲ ਬਣ ਜਾਓਗੇ ਕਿਸ ਤਰ੍ਹਾਂ ਇਸ ਚੀਜ਼ ਦਾ ਤੁਹਾਡੇ ਅੰਦਰ ਕਿਸ ਤਰ੍ਹਾਂ ਇਹ ਸ਼ੌਂਕ ਜਾਗਿਆ ਔਰ ਕਿਸ ਤਰ੍ਹਾਂ ਇਹਦੀ ਪੂਰਤੀ ਹੋਣੀ ਸ਼ੁਰੂ ਹੋਈ ਸੰਜੀਵ ਜੀ ਜਦੋਂ ਵੀ ਅਸੀਂ ਕੋਈ ਵੀ ਵਿਅਕਤੀ ਇੰਟਰਵਿਊ ਲੈਂਦਾ ਤੇ ਪਹਿਲਾ ਸਵਾਲ ਹੀ ਇਹ ਹੁੰਦਾ ਕਿ ਤੁਹਾਨੂੰ ਇਹ ਸ਼ੌਕ ਤੁਹਾਡੇ ਮਨ ਦੇ ਵਿੱਚ ਕਿਵੇਂ ਉਪਜਿਆ ਮੈਂ ਦਰਸ਼ਕਾਂ ਨੂੰ ਇਹਦਾ ਜਵਾਬ ਇਸ ਢੰਗ ਨਾਲ ਦਿਆਂਗਾ ਕਿ ਹਰ ਵਿਅਕਤੀ ਦੇ ਅੰਦਰ ਇੱਕ ਸੌਫਟਵੇਅਰ ਹੁੰਦਾ ਚਾਹੇ ਅਸੀਂ ਕਿਸੇ ਤਰ੍ਹਾਂ ਦੀ ਸਟੱਡੀ ਕੀਤੀ ਹੋਵੇ ਲੇਕਿਨ ਹੌਬੀ ਹੋ ਸਕਦਾ ਉਹਦੇ ਨਾਲੋਂ ਬਿਲਕੁਲ ਵਿਪਰੀਤ ਹੋ ਜਾਵੇ ਉਲਟ ਹੋ ਜਾਵੇ ਮੇਰੀ ਲਾਈਨ ਵੀ ਹੋਰ ਸੀਗੀ ਮੈਂ ਤਾਂ ਬਹੁਤ ਲਾਈਨਾਂ ਨਾਲ ਜੁੜਿਆ ਰਿਆ ਲੇਕਿਨ ਮੇਰੇ ਅੰਦਰ ਜਿਹੜੇ ਸ਼ੌਕ ਸੀਗੇ ਉਹ ਇਸ ਤਰ੍ਹਾਂ ਅੰਦਰੋਂ ਫੁੱਟੇ ਤੇ ਇਸ ਤਰ੍ਹਾਂ ਮੈਂ ਉਹਨਾਂ ਦੇ ਨਾਲ ਜੁੜਿਆ ਕਿ ਨਾ ਸਿਰਫ ਇੱਕ ਦਿਨ ਵਾਸਤੇ ਇੱਕ ਸਾਲ ਵਾਸਤੇ ਬਲਕਿ ਮੈਨੂੰ 50 ਸਾਲ ਹੋ ਗਏ ਜਿਹੜਾ ਵੀ ਸ਼ੌਕ ਮੈਂ ਸ਼ੁਰੂ ਕੀਤਾ ਉਦੀ ਮੈਂ ਸਿਖਰ ਤੱਕ ਗਿਆ ਉਦੀ ਅਖੀਰਲੀ ਹੱਦ ਤੱਕ ਤੇ ਨਹੀਂ ਵੀ ਕਹਿ ਸਕਦਾ ਲੇਕਿਨ ਉਹਦੇ ਵਿੱਚ ਬੜਾ ਲੰਮਾ ਸਫ਼ਰ ਮੈਂ ਕੀਤਾ ਅਜੇ ਵੀ ਕਰ ਰਿਹਾ ਹਾਂ ਅਜੇ ਬਹੁਤ ਵੱਡੇ ਮੁਕਾਮ ਹਾਸਲ ਕਰਨੇ ਨੇ ਲੇਕਿਨ ਜਿਹੜਾ ਤੁਹਾਡਾ ਸਵਾਲ ਹੈ ਉਹ ਇਹ ਹੈ ਕਿ ਸਾਡੇ ਪਿੰਡ ਇੱਕ ਥੇ ਹੁੰਦਾ ਸੀਗਾ ਤੇ ਉਸ ਥੇ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਸੀਗੀਆਂ ਮੈਂ ਉਹਨਾਂ ਨੂੰ ਇਕੱਤਰ ਕਰਦਾ ਸੀ ਉੱਥੋਂ ਕਰਦਿਆਂ ਕਰਦਿਆਂ ਫਿਰ ਥਿਆਂ ਦੇ ਨਾਲ ਮੁਹੱਬਤ ਹੋ ਗਈ ਤੇ ਫਿਰ ਹਿਸਟੋਰੀਕਲ ਸਾਈਟਸ ਦੇ ਨਾਲ ਮੁਹੱਬਤ ਹੋ ਗਈ ਫਿਰ ਚੱਲਦੇ ਚੱਲਦੇ ਰਸਤੇ 'ਚ ਬੜੇ ਮੁਕਾਮ ਆਏ ਤੇ ਫਿਰ ਬਹੁਤ ਜਗ੍ਹਾ ਕੰਮ ਕੀਤਾ ਜੋ ਚੀਜ਼ ਉੱਥੋਂ ਮਿਲੀਆਂ ਉਹਨਾਂ ਨੂੰ ਇਕੱਤਰ ਕੀਤਾ ਤੇ ਅੱਜ ਮੇਰੇ ਕੋ ਨਾ ਸਿਰਫ ਮਿੱਟੀ ਦੇ ਬਰਤਨ ਐ ਬਲਕਿ ਮੇਰੇ ਕੋ ਹੱਥ ਲਿਖਤਾਂ ਦੀ ਬਹੁਤ ਵੱਡੀ ਕਲੈਕਸ਼ਨ ਐ ਮੇਰੇ ਕੋ ਸਿੱਕਿਆਂ ਦੀ ਬਹੁਤ ਵੱਡੀ ਕਲੈਕਸ਼ਨ ਐ ਔਰ ਸਿੱਕਿਆਂ ਦੇ ਵਿੱਚ ਵੀ ਤਾਂਬੇ ਦੇ ਸਿੱਕਿਆਂ ਦੀ ਤਾਂਬੇ ਦੇ ਸਿੱਕਿਆਂ ਦੀ ਸੋਨੇ ਦੇ ਸਿੱਕਿਆਂ ਦੀ ਵੱਡੀ ਕਲੈਕਸ਼ਨ ਐ ਔਰ ਜਿਹੜੇ ਸਾਡੇ ਆਰਟ ਐਂਡ ਕਲਚਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਉਹਨਾਂ ਦੀ ਬਹੁਤ ਵੱਡੀ ਕਲੈਕਸ਼ਨ ਹੈ ਤੇ ਅੱਜ ਇਹ ਜਿਹੜੇ ਰੂਮ ਦੇ ਵਿੱਚ ਤੁਸੀਂ ਬੈਠੇ ਹੋਰੇ ਇੱਕ ਛੋਟਾ ਜਿਹਾ ਰੂਮ ਹੈ ਇਹਦੇ ਵਿੱਚ ਤੇ ਅਸੀਂ ਜਿਹੜੀਆਂ ਚੀਜ਼ਾਂ ਡਿਸਪਲੇ ਕੀਤੀਆਂ ਇਹ ਟੈਰਾਕੋਟਾ ਤੇ ਪੋਟਰੀ ਨਾਲ ਜੁੜੀਆਂ ਹੋਈਆਂ ਨੇ ਤੇ ਇਹ ਇਸ ਕਰਕੇ ਜਿਆਦਾ ਮਹੱਤਵਪੂਰਨ ਬਣ ਜਾਂਦੀਆਂ ਨੇ ਕਿ ਇਹਨਾਂ ਤੋਂ ਜੇਕਰ ਆਪਾਂ ਹਿਸਟਰੀ ਦੀ شناخت ਕਰਨੀ ਹੈ ਜੀ ਪਹੁੰਚਣਾ ਹੈਗਾ ਕਿਤੇ ਕਿ ਜਿਹੜੇ ਇੱਕ ਡਾਇਨੇਸਟੀ ਦੇ ਲੋਕ ਸੀ ਉਹਨਾਂ ਦਾ ਰਹਿਣ-ਸਹਿਣ ਕਿਵੇਂ ਸੀਗਾ ਕਿਹੜੀਆਂ ਚੀਜ਼ਾਂ ਉਹ ਵਰਤਦੇ ਸੀ ਕਿਹੜੀਆਂ ਪ੍ਰਸਥਿਤੀਆਂ ਉਹਨਾਂ ਦੇ ਸਾਹਮਣੇ ਸੀਗੀਆਂ ਤੇ ਫਿਰ ਨਿਸ਼ਚਿਤ ਤੌਰ ਤੇ ਹਿਸਟਰੀ ਦੀ شناخت ਕਰਨ ਵਾਸਤੇ ਸਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਇਹ ਹੈ ਕਿ ਜਿਹੜੀਆਂ ਜ਼ਮੀਨ ਦੇ نیچے ਦੱਬੀਆਂ ਹੋਈਆਂ ਮਿੱਟੀ ਦੀਆਂ ਚੀਜ਼ਾਂ ਨੇ ਜਾਂ ਤੇ ਸਾਨੂੰ ਉਹ ਮਿਲਣ ਜਾਂ ਸਾਨੂੰ ਉਸ ਵੇਲੇ ਦੇ ਕੌਇਨਸ ਮਿਲ ਉਸ ਵੇਲੇ ਦੀਆਂ ਚੀਜ਼ਾਂ ਮਿਲਣ ਜਿਨ੍ਹਾਂ ਤੋਂ ਸਿਨਾਕਤ ਹੋ ਸਕੇ ਜਾਂ ਸਭ ਨਾਲੋਂ ਸਟੀਕ ਇੱਕ ਹੈਗਾ ਕਿ ਉਸ ਵੇਲੇ ਦੇ ਫੋਸਿਲਸ ਮਿਲਣ ਤੇ ਜਦੋਂ ਉਹ ਫੋਸਿਲਸ ਮਿਲ ਜਾਂਦੇ ਨੇ ਫਿਰ ਮੋਹਰ ਲੱਗ ਜਾਂਦੀ ਹੈ ਉਸ ਚੀਜ਼ ਦੇ ਉੱਤੇ ਜੀ ਫੋਸਿਲਤੀ ਗੱਲ ਕਰਦੇ ਪਿਆ ਸੀ ਸੋਚ ਦੇ ਵਿੱਚ ਜਦੋਂ ਆਪਾਂ ਗੱਲ ਸ਼ੁਰੂ ਕੀਤੀ ਤਾਂ ਇੱਕ ਤੁਸੀਂ ਸਿਲ ਦਿਖਾ ਰਹੇ ਸੀਗੇ ਇਸ ਸਿਲ ਦੇ ਉੱਤੇ ਜੋ ਪਰਮਾਨਿਤ ਤੁਸੀਂ ਕਹਿ ਰਹੇ ਹੋ ਕਿ ਲਿਖਿਆ ਹੋਇਆ ਤੇ ਇਹ ਕਿਸ ਤਰ੍ਹਾਂ ਮੈਂ ਮੈਂ ਇਹ ਗੱਲ ਦੱਸਦਾ ਹਾਂ ਪਹਿਲੀ ਗੱਲ ਤੇ ਇਹ ਹੌਸਲ ਨਹੀਂ ਹੈ ਓਕੇ ਇਹ ਜਿਹੜੀ ਇੱਟ ਹੈ ਇਹ ਸਾਡੇ ਕੁਸ਼ਾਨ ਡਾਇਨੈਸਟੀ ਦੀ ਕੁਸ਼ਾਨ ਪੀਰੀਅਡ ਦੀ ਇੱਟ ਹੈ ਕੁਸ਼ਾਨ ਪੀਰੀਅਡ ਜਿਹੜਾ 700 BC ਤੋਂ ਲੈ ਕੇ 700 AD ਤੱਕ ਉਹਦੇ ਪ੍ਰਮਾਣ ਜਿਹੜੇ ਸਾਨੂੰ ਮਿਲਦੇ ਨੇ 1400 ਸਾਲ ਲੰਬੇ ਇਹ ਇੱਟ ਜਿਹੜੀ ਹੈ ਇਹ ਇਹਦੇ ਉੱਤੇ ਲਿਖਿਆ ਹੋਇਆ ਗੁਰਮੁਖੀ ਦੇ ਵਿੱਚ ਸ ਨ ਨ ਸਨ 212 ਗਾਮ ਰਹਾਜਨ ਜੀ ਇਹ ਪੰਜਾਬੀ ਦੀ ਪਹਿਲੀ ਸੇਲ ਹੈ ਜਿਹੜੀ ਮੈਨੂੰ ਮਿਲੀ ਹੈ ਔਰ ਇਸ ਜ਼ਮੀਨ ਦੇ 20 ਫੁੱਟ ਥੱਲੇੋਂ ਜੀ ਅਲਗੋ ਕੋਠੀ ਸਾਡੇ ਬੜੇ-ਵੱਡੇ ਵਿਦਵਾਨ ਨੇ ਸੁਖਦੇਵ ਸਿੰਘ ਖਾਰਾ ਯੂਨੀਵਰਸਿਟੀ ਹੈਡ ਆਫ ਦੀ ਡਿਪਾਰਟਮੈਂਟ ਰੇ ਡੀਨ ਰੇ ਉਹਨਾਂ ਦੇ ਪਿੰਡ ਚੋਂ ਮਿਲੀ ਔਰ ਨਿਸ਼ਚਿਤ ਤੌਰ ਤੇ ਜੇ ਅਸੀਂ ਸਾਡੇ ਡਿਪਾਰਟਮੈਂਟ ਕੰਮ ਕਰੇ ਨੇ ਡੈਪਥ ਦੇ ਵਿੱਚ ਜਾਵੇ ਕਿਉਂਕਿ ਜਿੰਨੀਆਂ ਚੀਜ਼ਾਂ ਨੇ ਪੂਰੀ ਡੈਪਥ ਦੇ ਵਿੱਚੋਂ ਮਿਲਦੀਆਂ ਨੇ ਤੇ ਸਾਨੂੰ ਬੜਾ ਕੁਝ ਮਿਲ ਸਕਦਾ ਹੈ ਜਿਸ ਤੋਂ ਸਾਡੇ ਅਸੀਂ ਆਪਣੇ ਅਤੀਤ ਨੂੰ ਫਰੋਲ ਸਕਦੇ ਹਾਂ ਮੇਰੇ ਤੋਂ ਈ ਇੱਤੀ ਗੱਲ ਕਰਨ ਲੱਗਾ ਸੀਗਾ ਇੰਨੇ ਨਾਲ ਤੇ ਬੜੇ ਸਾਰੇ ਪ੍ਰਮਾਣ ਬਦਲ ਜਾਣੇ ਆ ਕਿ ਪੰਜਾਬੀ ਬੋਲੀ ਦਾ ਜਨਮ ਕਦੋਂ ਹੋਇਆ ਜਿਹੜੀ ਗੱਲ ਦਾ ਤੁਸੀਂ ਦਾਵਾ ਕਰ ਰਹੇ ਹੋ ਨਹੀਂ ਸਾਡੇ ਕੋਲ ਭਾਰਤ ਦੇ ਵਿੱਚ ਬਹੁਤ ਸਾਰੀਆਂ ਲਿਪੀਆਂ ਨੇ ਜੀ ਪ੍ਰਕਿਰਤਿਕ ਲਿਪੀ ਹੈ ਸਾਡੀ ਕੋ ਬ੍ਰਹਮੀ ਹੈ ਖਰੋਸਟੀ ਹੈ ਸੰਸਕ੍ਰਿਤ ਹੈ अनेका ਭਾਸ਼ਾਵਾਂ ਨੇ ਲੇਕਿਨ ਇਹ ਜਿਹੜੀ ਸਾਡੀ ਜਿਹੜੀ ਗੁਰਮੁਖੀ ਸ਼ਬਦ ਦਿੱਤਾ ਗੁਰਮੁਖੀ ਸ਼ਬਦ ਹਾਂ ਇੱਕ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤਾ ਜੀ ਪਰ ਇਹਦੇ ਨਾਲ ਇਹ ਗੱਲ ਨਹੀਂ ਅਸੀਂ ਕਹਿ ਸਕਦੇ ਕਿ ਸਾਡੀ ਲਿਪੀ ਜਿਹੜੀ ਹੈ ਗੁਰੂ ਅਰਜਨ ਦੇਵ ਸਾਹਿਬ ਤੋਂ ਸ਼ੁਰੂ ਹੋਈ ਹੈ ਹਾਂ ਬਿਲਕੁਲ ਉਹੀ ਗੱਲ ਕਹਿ ਰਿਹਾ ਸੀ ਕਿ ਕਿਉਂਕਿ ਜਿਹੜਾ ਕੰਮ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ ਉਹ ਬੜਾ ਹੀ ਮਹੱਤਵਪੂਰਨ ਕੰਮ ਸੀ। ਲਿਪੀ ਦੇ ਪਿੱਛੋਂ ਚੱਲਦੀ ਆਉਂਦੀ ਸੀ ਕਿਉਂਕਿ ਗੁਰਨਾਨਕ ਦੇਵ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਤੋਂ ਪਹਿਲਾਂ ਆਏ ਨੇ। ਉਹਨਾਂ ਨੇ ਗੁਰਮੁਖੀ ਦੇ ਵਿੱਚ ਸਾਰਾ ਕੁਝ ਲਿਖਿਆ। ਇਹ ਸਲਿੱਪੀ 'ਚ ਲਿਖਿਆ ਤੇ ਬਾਬਾ ਫਰੀਦ ਤੇ ਉਹਨਾਂ ਨਾਲੋਂ ਵੀ 100 ਸਾਲ ਪਹਿਲਾਂ ਆਏ। ਉਹਨਾਂ ਨੇ ਤੇ ਉਸ ਤੋਂ ਵੀ ਪਹਿਲਾਂ ਲਿਖਿਆ ਹੋਇਆ ਸੀ। ਅਸੀਂ ਇਹਨੂੰ ਹੁਣ ਪਕੜ ਸਕਿਆ ਆ। ਇਹ ਗੱਲ ਅਲੱਗ ਹੈ ਲੇਕਿਨ ਜਿਹੜੀ ਗੁਰੂ ਅੰਗਦ ਦੇਵ ਸਾਹਿਬ ਦਾ ਸੀਗਾ ਕਿ ਸਾਡੇ ਨਿੱਕੇ-ਨਿੱਕੇ ਰਾਜ ਸੀਗੇ ਹਰ ਰਾਜ ਦੀ ਅਲਫਾਬੈਟਸ ਅਲੱਗ ਸੀਗੀ ਕੋਈ ਜਿਹੜੇ ਸਸਾ ਅਲੱਗ ਟੰਗ ਨਾਲ ਪਾਉਂਦੇ ਸੀ ਕਕਾ ਅਲੱਗ ਟੰਗ ਨਾਲ ਪਾਉਂਦੇ ਸੀ ਉਹਦੀ ਫਾਰਮੇਸ਼ਨ 'ਚ ਫਰਕ ਸੀਗਾ ਕਈ ਸਸੇ ਤੋਂ ਉੜਾਇੜਾ ਸ਼ੁਰੂ ਕਰਦੇ ਸੀ ਕਈ ਰਾਜਾਂ ਦੇ ਵਿੱਚ ਕਕੇ ਤੋਂ ਸ਼ੁਰੂ ਕਰਦੇ ਸੀ ਲੇਕਿਨ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਨੇ ਕੰਮ ਕੀਤਾ ਉਹਨਾਂ ਨੇ ਇਸ ਲਿਪੀ ਨੂੰ ਟਕਸਾਲੀ ਲਿਪੀ ਬਣਾਇਆ ਤੇ ਟਕਸਾਲੀ ਲਿਪੀ ਦਾ ਅਰਥ ਇਹ ਹੈ ਕਿ ਉਹ ਇਸ ਗੱਲ ਦਾ ਆਬਾਸ ਕਰਦੇ ਸੀਗੇ ਕਿ ਇਸ ਭਾਸ਼ਾ ਦੇ ਵਿੱਚ ਖੜੋਤ ਆ ਚੁੱਕੀ ਹੈ ਇਹਨੂੰ ਗਤੀ ਦੇਣ ਵਾਸਤੇ ਇਹਨੂੰ ਟਕਸਾਲੀ ਬਣਾਉਣਾ ਬਹੁਤ ਲਾਜ਼ਮੀ ਆ ਇਸ ਕਰਕੇ ਇਹ ਲਿਪੀ ਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਆ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਨਾਲ ਜੋੜਦੇ ਆ ਕਿਉਂਕਿ ਉਹਨਾਂ ਨੇ ਇਹਨੂੰ ਇੱਕ ਫਾਰਮ ਦੇ ਵਿੱਚ ਲੈ ਕੇ ਆਂਦਾ ਹਾਂਜੀ ਉਸ ਤੋਂ ਇਲਾਵਾ ਜਿਹੜੀ ਛੋਟੇ-ਛੋਟੇ ਹੋਰ ਕਾਫੀ ਕੁਝ ਆਪਾਂ ਇੱਥੇ ਸੱਜਿਆ ਹੋਇਆ ਟੇਬਲ ਤੇ ਕੀ ਇੰਟਰੋਡਕਸ਼ਨ ਹੈ ਇਹਨਾਂ ਦੀ ਕੀ ਦੱਸੋਗੇ ਇਹਨਾਂ ਦੇ ਬਾਰੇ ਹਾਂ ਇਹ ਤਾਂ ਕਿਉਂਕਿ ਕਿਸੇ ਵੀ ਯੁੱਗ ਦੇ ਵਿੱਚ ਵਿਅਕਤੀ ਰਿਹਾ ਤੇ ਉਸ ਵਿਅਕਤੀ ਨੇ ਆਪਣੇ ਜੀਉਣ ਦੇ ਸਾਧਨ ਇਸ ਤਰ੍ਹਾਂ ਦੇ ਬਣਾਏ ਤੇ ਉਹਨੂੰ ਹਰ ਚੀਜ਼ ਦੀ ਜ਼ਰੂਰਤ ਪੈਂਦੀ ਸੀ ਜਿਹੜੇ ਜਾਨਵਰ ਜਿਹੜੇ ਪੰਦੇ ਜਿਹੜੇ ਚੁਰਿੰਦੇ ਉਸ ਸਮੇਂ ਚ ਸਿਗੇ ਉਹਨਾਂ ਨੇ ਉਹਨਾਂ ਦੀਆਂ ਵੀ ਫਿਗਰਸ ਬਣਾਈਆਂ ਜਿਸ ਤਰ੍ਹਾਂ ਮੇਰੇ ਕੋਲ ਇਹ ਬੁੱਲ ਹੈ ਜੀ ਇਹ ਹਥੇਲੀ ਦੇ ਉੱਤੇ ਇੱਕ ਬੁੱਲ ਪਿਆ ਹੈ ਜੀ ਜੀ ਹੁਣ ਇਹ ਬੁੱਲ ਜਿਹੜਾ ਹੈਗਾ ਇਹ ਹੜੱਪਣ ਪੀਰੀਅਡ ਤੋਂ ਵੀ ਪਹਿਲਾਂ ਦਾ ਓਕੇ अर्ਲੀ ਹੜੱਪਣ ਪੀਰੀਅਡ ਦਾ ਬਲੈਕ ਪੋਟਰੀ ਦੇ ਵਿੱਚ ਹੈਗਾ ਏ ਇਹ ਬਲੈਕ ਹੈ ਔਰ ਇਹ ਲਗਭਗ 6.5 7000 ਸਾਲ ਪੁਰਾਣਾ ਹੈ ਓਕੇ ਇਹ ਇਸ ਤੋਂ ਲੱਗਦਾ ਕਿ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਦੋਂ ਬੁੱਲ ਸੀਗੇ ਇਸ ਤਰ੍ਹਾਂ ਦੇ ਬੁੱਲ ਜਿਹੜੇ ਉਸ ਸਮੇਂ 'ਚ ਸੀਗੇ ਜਿਹੜਾ ਇਹ ਕੰਨ ਹੈ ਉਹਨਾਂ ਦੇ ਉਹ ਬਹੁਤ ਵੱਡਾ ਹੁੰਦਾ ਸੀ ਤੁਸੀਂ ਕਿਤਾਬਾਂ 'ਚ ਵੀ ਪੜਿਆ ਹੋਵੇਗਾ ਕਿ ਜਿਹੜੀ ਸਿੰਧੂ ਘਾਟੀ ਦੀ ਸੱਭਿਤਾ ਹੈ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਜਾਨਵਰ ਮਿਲੇ ਜਿਨ੍ਹਾਂ ਦੇ ਸਿਰ ਦੇ ਉੱਤੇ ਇੱਕ ਸਿੰਗ ਸੀਗਾ ਲੇਕਿਨ ਉਹ ਲੋਪ ਹੋ ਗਏ ਅੱਜ ਉਹ ਸਾਨੂੰ ਦਿਖਾਈ ਨਹੀਂ ਦਿੰਦੇ ਬਹੁਤ ਸਾਰੇ ਜਾਨਵਰ ਇਸ ਧਰਤੀ ਦੇ ਉੱਤੇ ਆਏ ਤੇ ਉਹਨਾਂ ਦਾ ਫਿਰ ਅਸਤਿਤਵ ਮਿਟ ਗਿਆ ਬਿਲਕੁਲ ਹੀ ਜੀ ਇਹ ਇਹ ਸਾਰੇ ਉਹ ਚੀਜ਼ਾਂ ਨੇ ਜਿਹੜੀਆਂ ਲੋਕ ਵਰਤਦੇ ਰਹੇ ਜਿਸ ਤਰ੍ਹਾਂ ਇਹ ਮੇਰੇ ਹੱਥ ਦੇ ਉੱਤੇ ਇਹ ਵੇਟ ਨੇ ਜੀ ਕਿ ਜਦੋਂ ਵਟਾਂਦਰੇ ਦਾ ਸਿਸਟਮ ਖਤਮ ਹੋਇਆ ਕਿ ਮੈਂ ਤੁਹਾਡੇ ਕੋ ਕਨਕ ਲਈ ਤੇ ਕਨਕ ਦੇ ਬਦਲੇ ਮੈਂ ਤੁਹਾਡੇ ਕੱਪੜੇ ਸੀ ਦਿੱਤੇ ਜਾਂ ਤੁਹਾਨੂੰ ਮੈਂ ਖੇਸ ਦੇ ਦਿੱਤੇ ਜਾਂ ਮੈਂ ਤੁਹਾਨੂੰ ਹੋਰ ਕੋਈ ਚੀਜ਼ ਦੇ ਦਿੱਤੀ ਤੇ ਫਿਰ ਜਦੋਂ ਵਾਟਰ ਸਿਸਟਮ ਖਤਮ ਹੋਇਆ ਉਸ ਤੋਂ ਬਾਅਦ ਵੇਟ ਸਿਸਟਮ ਆ ਗਿਆ ਕਿ ਵੇਟ ਕਰਕੇ ਚੀਜ਼ ਲਾਓ ਵੇਟ ਕਰਕੇ ਦਿਓ ਤੇ ਸਭ ਤੋਂ ਪਹਿਲਾਂ ਜਿਹੜੇ ਵੇਟ ਬਣੇ ਉਹ ਮਿੱਟੀ ਦੇ ਵੇਟ ਬਣੇ ਇਹ ਉਹ ਵੇਟ ਨੇ ਅਲੱਗ-ਅਲੱਗ ਚੀਜ਼ਾਂ ਨੂੰ ਤੋਲਣ ਵਾਸਤੇ ਜੋਖਣ ਵਾਸਤੇ ਤੇ ਇਹ ਚੀਜ਼ਾਂ ਸੀਗੀਆਂ ਤੇ ਜੇ ਬੰਦੇ ਨੇ ਆਪਣੀ ਪਹਿਚਾਨ ਰੱਖਣ ਵਾਸਤੇ ਤੇ ਅਲੱਗ-ਅਲੱਗ ਸਮੇਂ ਦੇ ਵਿੱਚ ਸੀਲਸ ਬਣਾਈਆਂ ਓਕੇ ਇਹ ਸੀਲਿੰਗਸ ਹੈਗੇ ਨੇ ਇਹਨਾਂ ਦੇ ਅਗਰ ਤੁਸੀਂ ਕੈਮਰਾ ਨਜ਼ਦੀਕ ਕਰਕੇ ਦੇਖੋਗੇ ਨਾ ਸਿਰਫ ਉਸ ਸਮੇਂ ਦੀ ਭਾਸ਼ਾ ਲਿਖੀ ਹੋਈ ਹੈ ਬਲਕਿ ਰਾਜੇ ਦਾ ਚਿੱਤਰ ਵੀ ਬਣਿਆ ਹੋਇਆ ਇਹ ਅਲੱਗ-ਅਲੱਗ ਪੀਰੀਅਡ ਹੈ ਕੁਸ਼ਾਨ ਪੀਰੀਅਡ ਵੀ ਹੈਗਾ ਗੁਪਤਾ ਪੀਰੀਅਡ ਵੀ ਹੈਗਾ ਸਾਡੂੰ ਜਿਹੜੇ ਪ੍ਰਾਤਨ ਪੀਰੀਅਡ ਆਉਂਦੇ ਨੇ ਉਹ ਸਾਰਿਆਂ ਦੇ ਉੱਤੇ ਕਿੰਗ ਦੀ ਫੋਟੋ ਵੀ ਹੈ ਜੀ ਉੱਤੇ ਵੀ ਹੈ ਲੇਕਿਨ ਇਹ ਦੋ ਚੀਜ਼ਾਂ ਮੇਰੇ ਹੱਥ ਦੇ ਵਿੱਚ ਇਸ ਤਰ੍ਹਾਂ ਦੀਆਂ ਨੇ ਕਿ ਜਦੋਂ ਕੁਸ਼ਾਨ ਪੀਰੀਅਡ ਆਉਂਦਾ ਤੇ ਉਹ ਤਾਂਬੇ ਦੇ ਕੋਇਨਸ ਬਣਾਉਂਦੇ ਨੇ ਤੇ ਤਾਂਬੇ ਦੇ ਕੋਇਨਸ ਬਣਾਉਣ ਵਾਸਤੇ ਉਹਨਾਂ ਜਿਹੜੀ ਵਿਧਾ ਅਡਾਪਟ ਕੀਤੀ ਇਹ ਹੈਗੀ ਹੈ ਕਿ ਇਹ ਡਾਈ ਹੈ ਇਹ ਮਿੱਟੀ ਦੀ ਡਾਈ ਹੈ ਇਹ ਉੱਪਰ ਹੈਗਾ ਉਹ ਲਿਕਵਿਡ ਤਾਂਬਾ ਪਾਉਣ ਵਾਸਤੇ ਜਗਾ ਤੇ ਇਹਦੇ ਵਿੱਚੋਂ ਜਿਹੜਾ ਤਾਂਬਾ ਪਾ ਦਿੰਦੇ ਸੀ ਤੇ ਸਿੱਕਾ ਬਣ ਜਾਂਦਾ ਸੀ ਇੱਥੇ ਸਾਨੂੰ ਕੁਝ ਇਸ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੇ ਵੀ ਮੋਲਡ ਮਿਲੇ ਨੇ ਇਹਨਾਂ ਨੂੰ ਅਸੀਂ ਮੋਲਡ ਕਰਨੇ ਆ ਇਸ ਤਰ੍ਹਾਂ ਦੇ ਮੋਲਡ ਮਿਲੇ ਜਿਹੜੇ ਅਜੇ ਤੱਕ ਖੋਲੇ ਨਹੀਂ ਗਏ ਸਿੱਕੇ ਵੀ ਉਹਨਾਂ ਦੇ ਅੰਦਰ ਹੈ ਲੇਕਿਨ ਮਿੱਟੀ ਦੇ ਮੋਲਡ ਵੀ ਹੈਗੇ ਆ ਲੇਕਿਨ ਇਹ ਸਿਰਫ ਇਹ ਸਿੱਕਿਆਂ ਤੱਕ ਜਾਂ ਇਹਨਾਂ ਚੀਜ਼ਾਂ ਤੱਕ ਨਹੀਂ ਸੀ ਪਰ ਉਸ ਵੇਲੇ ਦੀ ਜਿਹੜੀ ਪ੍ਰਥਾ ਪ੍ਰਚਲਿਤ ਸੀਗੀ ਕਿ ਵਪਾਰ ਕਰਨਾ ਹੈਗਾ ਤੇ ਤੁਸੀਂ ਕੋਈ ਚੀਜ਼ ਕਿਤੇ ਭੇਜਣੀ ਹੈ ਉਹਨੂੰ ਸੀਲ ਲਗਾਉਣੀ ਹੈ ਹੁਣ ਇਹ ਉੱਪਰ ਬ੍ਰਹਮੀ ਲਿਖੀ ਹੋਈ ਹੈ ਪੱਥਰ ਦੀ ਬਣੀ ਹੋਈ ਸੀਲ ਹੈ ਉਸ ਯੁੱਗ ਦੀ ਇਹ ਇਹਨੂੰ ਉਹ ਕੀ ਕਰਦੇ ਸੀ ਕਿ ਲੱਖ ਲਗਾ ਕੇ ਚੀਜ਼ ਦੇ ਉੱਤੇ ਤੇ ਉੱਪਰ ਮੋਹਰ ਲਗਾ ਦਿੰਦੇ ਸੀਗੇ ਜੋ ਅਸੀਂ ਅੱਜ ਕਰ ਰਹੇ ਹਾਂ ਕੋਈ ਨਵੀਂ ਗੱਲ ਨਹੀਂ ਹੈਗੀ ਲੇਕਿਨ ਇਹ ਉਦੋਂ ਵੀ ਗਵਾਚ ਜਾਂਦੀ ਸੀ ਤੇ ਇਹਦੇ ਵਿੱਚ ਇੱਕ ਛੇਦ ਵੀ ਹੈਗਾ ਅੱਜ ਵੀ ਸਾਡੀਆਂ ਸੀਲਾਂ ਮੋਹਰਾਂ ਦਫ਼ਤਰਾਂ ਦੇ ਵਿੱਚ ਜਿਹੜੀਆਂ ਉਹ ਧਾਗੇ ਨਾਲ ਬੰਧੀਆਂ ਹੁੰਦੀਆਂ ਨੇ ਇਹ ਉਦੋਂ ਵੀ ਗਵਾਚ ਜਾਂਦੀਆਂ ਸੀ ਬੰਦੇ ਦੀ ਆਦਤ ਜਿਹੜੀ ਉਹ ਰਹੀ ਲੇਕਿਨ ਇਹ ਤਾਂ ਬਹੁਤ ਪੁਰਾਣੀ ਹੈ ਕਿ ਉੱਪਰ ਬ੍ਰਹਮੀ ਲਿਖੀ ਹੋਈ ਹੈ ਇਹ ਜਿਹੜੀ ਕੁਸ਼ਾਨ ਪੀਰੀਅਡ ਦੀ ਹੈ ਇਹ ਮਿੱਟੀ ਦੀ ਬਣੀ ਹੋਈ ਹੈ ਇਹ ਵੀ ਸੀਲ ਹੈ ਰਾਜਾ ਤੇ ਰਾਣੀ ਦੋਨਾਂ ਦੀ ਫੋਟੋ ਹੈ ਲੈਂਗੁਏਜ ਵੀ ਲਿਖੀ ਹੋਈ ਹੈ ਲੇਕਿਨ ਇਹ ਮਿੱਟੀ ਦੀ ਬਣੀ ਆ ਉੱਤੇ ਮੁੱਠ ਬਣਾਈ ਹੈ ਕਿ ਤੁਸੀਂ ਲਾਕ ਲਗਾ ਕੇ ਕਿਸੇ ਚੀਜ਼ ਦੇ ਉੱਤੇ ਤੇ ਇਹਨੂੰ ਲਗਾ ਦਿਓ ਅੰਕਿਤ ਹੋ ਜਾਏਗਾ ਸਾਰਾ ਕਿ ਇਹ ਸਰਕਾਰੀ ਚੀਜ਼ ਹੈ ਜਾਂ ਇੱਕ ਕਿਸੇ ਡਿਪਾਰਟਮੈਂਟ ਵੱਲੋਂ ਭੇਜੀ ਗਈ ਹੈ ਫਿਰ ਤੁਸੀਂ ਕੱਪੜੇ ਦੇ ਉੱਤੇ ਫਰਜ ਕਰੋ ਕੰਮ ਕਰ ਰਹੇ ਹੋ ਜੀ ਤੇ ਕੁੜੀਆਂ ਨੂੰ ਕਢਾਈ ਕੱਢਣ ਦਾ ਬੜਾ ਸ਼ੌਕ ਸੀਗਾ ਖੱਦਰ ਬੰਦਾ ਸੀ ਉਦੋਂ ਖੱਦਰ ਹੀ ਵਿਅਕਤੀ ਨੇ ਉਦੋਂ ਤੱਕ ਬਣਾਇਆ ਸੀ ਤੇ ਖੱਦਰ ਦੇ ਉੱਤੇ ਜਿਹੜੇ ਅੱਜ ਤੇ ਸ਼ਬਦ ਸਾਡੇ ਕੋਲ ਹੈਗਾ ਰੰਗ ਰੇਜ਼ ਜਿਨ੍ਹਾਂ ਨੂੰ ਅਸੀਂ ਲਲਾਰੀ ਕਹਿੰਨੇ ਪਰ ਉਦੋਂ ਲੋਕ ਘਰਾਂ ਦੇ ਵਿੱਚ ਹੀ ਇਹਨਾਂ ਤੇ ਸਿਆਹੀ ਲਗਾ ਕੇ ਤੇ ਇਹ ਲਗਾ ਲੈਂਦੇ ਹੁੰਦੇ ਸੀ ਤੇ ਕੁੜੀਆਂ ਜਿਹੜੀਆਂ ਉਹ ਡਿਜ਼ਾਈਨ ਬਣਾ ਕੇ ਕਢਾਈ ਕੱਢ ਲੈਂਦੀਆਂ ਸੀ ਇਹ ਮੈਂ ਕਵਾਂਗਾ ਭਾਜੀ ਹੁਣਾਂ ਨੂੰ ਕਿ ਇਹ ਜ਼ਰੂਰ ਦਿਖਾਉਣ ਲੇਕਿਨ ਇਹਦੇ ਨਾਲ ਜਦੋਂ ਬਰਤਨਾਂ ਦੇ ਉੱਤੇ ਡਿਜ਼ਾਈਨ ਪਾਉਣੇ ਨੇ ਤੇ ਬਰਤਨਾਂ ਤੇ ਡਿਜ਼ਾਈਨ ਪਾਉਣ ਵਾਸਤੇ ਵੀ ਉਹਨਾਂ ਨੇ ਇਹ ਡਾਈਆਂ ਬਣਾਈਆਂ ਹੋਈਆਂ ਸੀ ਜਾਂ ਇਹਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਖੂਬਸੂਰਤ ਕੋਈ ਡਿਜ਼ਾਈਨ ਅੰਕਿਤ ਕਰਨਾ ਹੈ ਬਰਤਨ ਦੇ ਉੱਤੇ ਤੇ ਮਿੱਟੀ ਦਾ ਬਰਤਨ ਬਣਾ ਕੇ ਇਹਨੂੰ ਨਾਲ ਚੋਬਾਂ ਲਾਈ ਜਾਂਦੇ ਸੀਗੇ ਤੇ ਉਹ ਉੱਤੇ ਡਿਜ਼ਾਈਨ ਬਣ ਜਾਂਦਾ ਸੀ ਤੇ ਇਹ ਗੁਪਤਾ ਪੀਰੀਅਡ ਦੇ ਵਿੱਚ ਜਿਹੜੀ ਇਸ ਡਾਈ ਦੇ ਨਾਲ ਸੁਰਾਈਆਂ ਬਣੀਆਂ ਨੇ ਉਹ ਵੀ ਮੇਰੇ ਕੋਲ ਇਸ ਮਿਊਜ਼ੀਅਮ ਦਾ ਹਿੱਸਾ ਹੈਗੀਆਂ ਨੇ ਜਿਹੜੀ ਗੱਲ ਦਰਸ਼ਕਾਂ ਨੂੰ ਦੱਸਣ ਵਾਲੀ ਹੈ ਕਿ ਉਸ ਵੇਲੇ ਜਿਹੜੀ ਕਲਾ ਹੈਗੀ ਆ ਉਹ ਬੜੀ ਕਮਾਲ ਦੀ ਕਲਾ ਹੈ ਜੀ ਇੱਕ ਪੌਟ ਹੈ ਪੌਟ ਸਾਰਾ ਟੁੱਟਾ ਹੋਇਆ ਕਿਤੇ ਵੀ ਪਾਊਡਰ ਪਰ ਪਾਊਡਰ ਦਾ ਇੱਕ ਪਾਰਟ ਜਿਹੜਾ ਨੀਚੇ ਵਾਲਾ ਹੈ ਜੀ ਉਹ ਅਗਰ ਇਹ ਦਰਸ਼ਕ ਦੇਖਣਗੇ ਤੇ ਹੈਰਾਨ ਹੋਣਗੇ ਕਿ ਕਿੰਨਾ ਆਟਾ ਉਸ ਵੇਲੇ ਸੀਗਾ ਕਿ ਬਰਤਨ ਦੇ ਅੰਦਰ ਪੀਸ ਰਹਿਣਾ ਹੈ ਲੇਕਿਨ ਅੰਦਰ ਨੂੰ ਵੀ ਸ਼ਿੰਗਾਰਿਆ ਗਿਆ ਇਸੇ ਕਰਕੇ ਸਾਨੂੰ ਜਿਹੜੀ ਵੀ ਪਾਟਰੀ ਮਿਲਦੀ ਹੈ ਜਿਹੜੇ ਵੀ ਟੈਰਾਕੋਟਾ ਦੇ ਪੀਸ ਮਿਲਦੇ ਨੇ ਉਹਦੇ ਵਿੱਚ ਇੰਨਾ ਡਿਜ਼ਾਈਨ ਹੈ ਕਿ ਉਹਨਾਂ ਦੀ ਕਲਾ ਦੇ ਅੱਗੇ ਸਾਨੂੰ ਸਿਰਦਾ ਕਰਨਾ ਪੈਂਦਾ ਹੈ ਕਿ ਸੱਚਮੁੱਚ ਹੀ ਉਹਨਾਂ ਲੋਕਾਂ ਦੇ ਅੰਦਰ ਜਿਹੜੀ ਸੋਹਜ ਆਤਮਿਕਤਾ ਸੀ ਅ ਸਥੈਟਿਕ ਸੈਂਸ ਸੀ ਉਹਦਾ ਕੋਈ ਜਵਾਬ ਨਹੀਂ ਸੀ ਕਿ ਉਹ ਬੰਦੇ ਸਥੈਟਿਕ ਸੈਂਸ ਦੇ ਨਾਲ ਭਰੇ ਹੋਏ ਸੀ ਪਰ ਮੈਂ ਇੱਕ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਮਿੱਟੀ ਦੇ ਵਿੱਚੋਂ ਇਹ ਇੱਕ ਜਾਨਵਰ ਮਿਲਿਆ ਜੀ ਹੁਣ ਇਹ ਜਾਨਵਰ ਕੀ ਸੀਗਾ ਸਾਨੂੰ ਤੇ ਅੱਜਕੱਲ ਕਿਤੇ ਵੀ ਇਹ ਪ੍ਰਮਾਨ ਨਹੀਂ ਮਿਲਦੇ ਇਹਦਾ ਕੰਨ ਜਿਹੜਾ ਉਨੇ ਗਰਦਨ ਦੇ ਉੱਪਰ ਨਹੀਂ ਬਣਾਇਆ ਇਹਦੀ ਪਿੱਠ ਦੇ ਉੱਤੇ ਬਣਾਇਆ ਜੀ ਬਿਲਕੁਲ ਬਿਲਕੁਲ ਹੈਨਾ ਮੈਨੂੰ ਤੇ ਇਹਦਾ ਨਾਮ ਵੀ ਨਹੀਂ ਆਉਂਦਾ ਲੇਕਿਨ ਇਹ ਡਿਪਾਰਟਮੈਂਟ ਦਾ ਕੰਮ ਹੈ ਸਾਡੀਆਂ ਹਿਸਟਰੀ ਦੀਆਂ ਲੈਬਸ ਬਣਨਗੀਆਂ ਤੇ ਉਹ ਦੱਸਣਗੇ ਕਿ ਜਦੋਂ ਦੂਸਰੀਆਂ ਚੀਜ਼ਾਂ ਦੇ ਨਾਲ ਇਹਨੂੰ ਮਿਲਾਉਣਗੇ ਕਿ ਇਹ ਇਹ ਜਾਨਵਰ ਸੀਗਾ ਇਸ ਖਿੱਤੇ 'ਚ ਇੰਨੀ ਦੇਰ ਤੋਂ ਲੈ ਕੇ ਇੰਨੀ ਦੇਰ ਤੱਕ ਪਾਇਆ ਗਿਆ ਤੇ ਫਿਰ ਕਿਸ ਤਰ੍ਹਾਂ ਇਹ ਖਤਮ ਹੋ ਗਿਆ ਇਹ ਇਹ ਹਿਸਟਰੀ ਲੈਬਸ ਦਾ ਕੰਮ ਹੈਗਾ ਇਹ ਮੇਰੇ ਵਰਗੇ ਇਕੱਲੇ ਕਰੇ ਬੰਦੇ ਦਾ ਕੰਮ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਮੇਰੇ ਕੋਲ ਲੇਕਿਨ ਮੈਂ ਤੁਹਾਡੀ ਗੱਲ ਟੋਕਦਾ ਹਾਂ ਲੇਕਿਨ ਇਕੱਲੇ ਕਾਰੇ ਬੰਦੇ ਨੇ ਕਲੈਕਟ ਬਹੁਤ ਕੁਝ ਕੀਤਾ ਹੈ ਇਹਦੇ ਮਗਰ ਜਿਹੜੀ એનર્ਜੀ ਲੱਗੀ ਆ ਉਹਦੇ ਬਾਰੇ ਕੁਝ ਜਾਣਕਾਰੀ ਦਿਓਗੇ ਦਰਸ਼ਕਾਂ ਨੂੰ ਕਿਉਂਕਿ ਇੱਕ ਦਿਨ ਦਾ ਇਹ ਕੰਮ ਨਹੀਂ ਆ ਔਰ ਬਹੁਤ ਈਜ਼ੀ ਕੰਮ ਨਹੀਂ ਆ ਕਿਸ ਤਰ੍ਹਾਂ ਹੋਇਆ ਸਾਰਾ ਕੁਝ ਸੰਭਵ ਮੈਂ ਤੇ ਆਪਣੇ ਸਟੂਡੈਂਟਸ ਨੂੰ ਕਹਿਣਾ ਹੁੰਦਾ ਕਿ ਹੌਸਲਾ ਫਤਿਹ ਦੀ ਬੁਨਿਆਦ ਹੁਆ ਕਰਤਾ ਹੈ ਹੌਸਲਾ ਫਤਿਹ ਦੀ ਬੁਨਿਆਦ ਹੁਆ ਕਰਤਾ ਹੈ ਕਾਂਪਤੇ ਹੱਥ ਸੇ ਤਲਵਾਰ ਉਠਾਇਆ ਨਾ ਕਰੋ ਮੈਂ ਜਿਹੜਾ ਜਜ਼ਬਾ ਤੇ ਹੈ ਹੀ ਐ ਲੇਕਿਨ ਹਿੰਮਤ ਜਿਹੜੀ ਐ ਨਾ ਕਿ ਤੁਸੀਂ ਕਦੀ ਵੀ ਹਿੰਮਤ ਨਾ ਹਾਰੋ ਜਿੰਨੇ ਵੀ ਮੁਸ਼ਕਲ ਕੰਮ ਨੇ ਉਹ ਹਿੰਮਤ ਦੇ ਨਾਲ ਹੀ ਸਿਰੇ ਚੜਦੇ ਨੇ ਤੁਹਾਡੇ ਪਿੱਛੇ ਇੱਕ ਸਟਰੋਂਗ ਜਜ਼ਬੇ ਦੀ ਜ਼ਰੂਰਤ ਹੈ ਕਿ ਤੁਸੀਂ ਹਾਰ ਨਾ ਮੰਨੋ ਜੀ ਹੈਨਾ ਅਸੀਂ ਤਾਂ ਕਹਿੰਨੇ ਕਿ ਹਾਰ ਕੇ ਵੀ ਜਿੱਤ ਦੇ ਨਕਸ਼ੇ ਬਣਾਉਂਦੇ ਰਹੀਦਾ ਹੈਨਾ ਮੇਰੀ ਆਪਣੀ ਪੋਇਟਰੀ ਦਾ ਹਿੱਸਾ ਹੈ ਕਿ ਮੈਂ ਨਿਰੰਤਰ ਕੰਮ ਕਰਦਾ ਹੈਗਾ ਅੱਜ ਕੋਈ ਚੀਜ਼ ਨਹੀਂ ਮਿਲੀ ਹੋਰ ਮਹੀਨੇ ਬਾਅਦ ਮਿਲ ਜੇਗੀ ਸਾਲ ਬਾਅਦ ਮਿਲ ਜੇਗੀ ਲੇਕਿਨ ਮੈਂ ਉਹਦੇ ਨਾਲ ਜੁੜਿਆ ਰਹਿਣਾ ਲਗਾਤਾਰਤਾ ਜਿਹੜੀ ਹੈ ਉਹ ਕਾਇਮ ਰਹਿੰਦੀ ਵੀਰ ਜੀ ਥੋੜਾ ਜਿਹਾ ਸਟਾਪ ਵਿਰਾਮ ਲਗਾਣੇ ਆ ਕਿ ਇਹ ਸਾਰਾ ਕੁਝ ਕੀਤਾ ਅੱਜ ਤੁਸੀਂ ਇੱਕ ਮੁਕਾਮ ਤੋਂ ਤੁਸੀਂ ਹਾਸਲ ਇਹ ਸਾਰੀ ਕਲੈਕਸ਼ਨ ਕੀਤੀ ਬੜੀ ਵੱਡੀ ਕਲੈਕਸ਼ਨ ਹੈ ਕਦੀ ਔਕੜਾਂ ਵੀ ਆਈਆਂ ਇਸ ਦੇ ਵਿੱਚ ਜਿਹੜੀਆਂ ਔਕੜਾਂ ਨੂੰ ਲੋਕ ਔਕੜਾਂ ਕਹਿੰਦੇ ਨੇ ਮੈਂ ਉਹਨਾਂ ਨੂੰ ਔਕੜ ਨਹੀਂ ਮੰਨਦਾ ਓਕੇ ਹਨਾ ਔਕੜਾਂ ਕੀੜੀਆਂ ਨਹੀਂ ਉਹ ਹੀ ਥੋੜਾ ਦਾ ਸੀ ਐ ਨਹੀਂ ਮੈਨੂੰ ਕੋਈ ਔਕੜ ਨਹੀਂ ਆਈ ਜੀ ਮੈਨੂੰ ਕਦੀ ਪੈਸੇ ਵੱਲੋਂ ਔਕੜ ਨਹੀਂ ਆਈ ਮੈਂ ਬਹੁਤ ਸਾਰੀ ਵੀਡੀਓਜ਼ ਮੇਰੇ ਤੇ ਬਣੀਆਂ ਨੇ ਤੇ ਮੈਂ ਕਹਿਣਾ ਹੁੰਦਾ ਕਿ ਮੈਂ ਗੁਰੂ ਰਾਮਦਾਸ ਤੇ ਬਹੁਤ ਟੀਕ ਰੱਖਦਾ ਹਾਂ ਜੀ ਤੇ ਹਮੇਸ਼ਾ ਹੀ ਮੈਂ ਇਹ ਹਰ ਵੀਡੀਓ 'ਚ ਮੈਂ ਗੱਲ ਕਰਦਾ ਕਿ ਮੇਰੇ ਜਿਹੜੇ ਗੁਰੂ ਨੇ ਉਹ ਵੀ ਗੁਰੂ ਰਾਮਦਾਸ ਨੇ ਜਿਹੜੇ ਮੇਰੇ ਆਈਡੀਅਲ ਨੇ ਉਹ ਵੀ ਗੁਰੂ ਰਾਮਦਾਸ ਨੇ ਜਿਹੜੇ ਮੇਰੇ ਫਰੈਂਡ ਨੇ ਉਹ ਵੀ ਗੁਰੂ ਰਾਮਦਾਸ ਨੇ ਵੈਰੀ ਗੁੱਡ ਕਿਉਂਕਿ ਉਹਨਾਂ ਨੇ ਅੰਮ੍ਰਿਤਸਰ ਦੇ ਧਰਤੀ ਉਹਨਾਂ ਦੀ ਵਰੁਸਾਈ ਨਗਰੀ ਹੈ ਉਹ ਵੀ ਤੇ ਕੱਲੇ ਸੀਗੇ ਸ਼ਹਿਰ ਦਾ ਸੁਪਨਾ ਲਿਆ ਹਰਮੰਦਰ ਸਾਹਿਬ ਬਣਾਉਣ ਦਾ ਸੁਪਨਾ ਲਿਆ ਔਰ ਸ਼ਹਿਰ ਦੇ ਬਾਜ਼ਾਰ ਬਣਾਉਣ ਦਾ ਸੁਪਨਾ ਲਿਆ ਔਰ ਉਹਨੂੰ ਪੂਰਾ ਕੀਤਾ ਅੰਮ੍ਰਿਤਸਰ ਨਗਰ ਨੂੰ ਨਾ ਸਿਰਫ ਲਾਹੌਰ ਦੇ ਮੁਕਾਬਲੇ ਵੱਡੇ ਵਪਾਰਕ ਕੇਂਦਰ ਵਜੋਂ ਉਹਨਾਂ ਨੇ ਖੜਾ ਕੀਤਾ ਬਲਕਿ ਵਿਸ਼ਵ ਦੇ ਵਿੱਚ ਇਹਦਾ ਨਾਮ ਅੱਜ ਰੌਸ਼ਨ ਹੈ ਅੰਮ੍ਰਿਤਸਰ ਦਾ ਇੱਕ ਵਿਅਕਤੀ ਦੀ ਸੁਪਨਾ ਹੀ ਹੈ ਤੇ ਮੈਂ ਤੇ ਉਹਨਾਂ ਦਾ ਸ਼ਿਸ਼ਾ ਹੈ ਤੇ ਮੈਨੂੰ ਕਿਸੇ ਵੀ ਔਕੜ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਹੈ ਤੇ ਮੈਂ ਆਪਣੇ ਗੁਰੂ ਨੂੰ ਯਾਦ ਕਰਦਾ ਹਾਂ ਬਸ ਮੈਂ ਗੁਰੂ ਨੂੰ ਯਾਦ ਕਰਦਾ ਸਭ ਔਕੜਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਾਂ ਬਿਲਕੁਲ ਇਹ ਬਹੁਤ ਵਧੀਆ ਜਵਾਬ ਹੈ ਲੇਕਿਨ ਉਸ ਤੋਂ ਬਾਅਦ ਦੇਵ ਜੀ ਕਿਹੜਾ ਕਲੈਕਸ਼ਨ ਜਿਹੜੀ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੋਗੇ ਕਿ ਇਹ ਅਦਭੁਤ ਹੈ ਤਾਂ ਤੁਹਾਡੇ ਕੋਲ ਸਾਰਾ ਕੁਝ ਅਦਭੁਤ ਹੈ ਇਹ ਜਿੰਨੀਆਂ ਵੀ ਚੀਜ਼ਾਂ ਨੇ ਨਾ ਜੋ ਵੀ ਚੀਜ਼ਾਂ ਨੇ ਹੈਨਾ ਅਸੀਂ ਉਹਨਾਂ ਤੇ ਅਗਰ ਗੱਲ ਕਰਾਂਗੇ ਤੇ ਸਾਡੇ ਕੋਲ ਜਿਹੜੇ ਐਪੀਸੋਡ ਹੁੰਦੇ ਨੇ ਉਹ ਇਹਨਾਂ ਹੀ ਸਾਨੂੰ ਪਰਮਿਸ਼ਨ ਨਹੀਂ ਦਿੰਦੇ ਕਿ ਬਹੁਤ ਇੱਕ ਇੱਕ ਚੀਜ਼ ਦੇ ਉੱਤੇ ਤੁਸੀਂ 10-10 ਮਿੰਟ ਗੱਲ ਕਰੋ ਹੈਨਾ ਉਸ ਵੇਲੇ ਜੇ ਲੋਕਾਂ ਦੇ ਵਿੱਚ ਪ੍ਰਵਿਰਤੀ ਸੀਗੀ ਕਿ ਉਹਨਾਂ ਐ ਡਾਈਜ਼ ਹੈ ਕਿ ਚੌਪੜ ਖੇਡਣੀ ਹੈ ਉਹਨਾਂ ਨੇ ਸ਼ਤਰੰਜ ਖੇਡਣੀ ਹੈ ਉਹਨਾਂ ਨੇ 12 ਟਾਣੀ ਖੇਡਣੀ ਹੈ ਤੇ ਕਿਉਂਕਿ ਮਨ ਪਰਚਾਵੇ ਦੇ ਸਾਧਨ ਬੰਦੇ ਦੇ ਨਾਲ ਨਾਲ ਹੀ ਚੱਲਦੇ ਰਹੇ ਖੇਡਾਂ ਸਾਡੇ ਨਾਲ ਨਾਲ ਹੀ ਚਲਦੀਆਂ ਰਹੀਆਂ ਜਿਹੜੇ ਬਜ਼ੁਰਗ ਲੋਕ ਸੀ ਉਦੋਂ ਮੀ ਸ਼ਤਰੰਜ ਖੇਡਦੇ ਸੀ ਮੇਰੇ ਕੋਲ ਬਹੁਤ ਸਾਰੇ ਸ਼ਤਰੰਜ ਦੇ ਪੀਸ ਨੇ ਤੇ ਵੱਡੀ ਗਿਣਤੀ 'ਚ ਨੇ ਜਿਨ੍ਹਾਂ ਨੂੰ ਇੱਕ ਅਲੱਗ ਐਪੀਸੋਡ ਉਹਨਾਂ ਤੇ ਬਣਾਇਆ ਜਾ ਸਕਦਾ ਤੇ ਜੇ ਉਸ ਵੇਲੇ ਵੀ ਲੋਕ ਜੂਆ ਵੀ ਖੇਡਦੇ ਸੀਗੇ ਜੂਆ ਖੇਡਣ ਦੀ ਆਮ ਇੱਕ ਪ੍ਰਥਾ ਸੀਗੀ ਕਿ ਜੂਆ ਖੇਡ ਕੇ ਉਹਦੇ ਗੁਰ ਹਾਸਲ ਕਰਨੇ ਜਿਤਨਾ ਜੂਏ ਦੇ ਨਾਲ ਤੇ ਰਾਜ ਜਿੱਤੇ ਜਾਂਦੇ ਰਹੇ ਆ ਸਾਡੀ ਹਿਸਟਰੀ ਗਵਾਹ ਇਸ ਗੱਲ ਦੀ ਹਨਾ ਇਹ ਸਾਰੀਆਂ ਚੀਜ਼ਾਂ ਦੇ ਪਰਮਾਨ ਮਿਲਦੇ ਆ ਕਿ ਇਸ ਯੁੱਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸੀ ਔਰ ਕੋਈ ਵੀ ਜਦੋਂ ਅਸੀਂ ਜਾਨਵਰ ਨੂੰ ਫਰਜ਼ ਕਰੋ ਕਿ ਹਾਥੀ ਹੈ ਜੀ ਤੇ ਔਰਤ ਨੇ ਕੰਗਣ ਪਾਉਣੇ ਨੇ ਹਾਥੀ ਦੰਦ ਨੂੰ ਉਸ ਤਰ੍ਹਾਂ ਹੀ ਕੱਟ ਲਿਆ ਜਾਂਦਾ ਸੀ ਤੇ ਔਰਤ ਦਾ ਕੰਗਣ ਬਣਾ ਲਿਆ ਜਾਂਦਾ ਸੀ ਤੇ ਇਹ ਕੰਗਣ ਵੀ ਜਿਹੜਾ ਇਹ 2.5 ਤੋਂ 3000 ਸਾਲ ਪੁਰਾਣਾ ਹੈਗਾ ਹਾਥੀ ਦੰਦ ਦਾ ਕੰਗਣ ਹੈ ਉਸ ਤੋਂ ਬਾਅਦ ਚੂੜਾ ਬਣਾਉਣਾ ਸ਼ੁਰੂ ਕੀਤਾ ਉਹਦੇ ਤੇ ਡਿਜ਼ਾਈਨ ਪਾਉਣੇ ਸ਼ੁਰੂ ਕੀਤੇ ਲੇਕਿਨ ਇਹ ਉਸ ਯੁੱਗ ਦਾ ਕੰਗਣ ਹੈ ਜਦੋਂ ਨਵੀਂ-ਨਵੀਂ ਸੱਭਿਤਾ ਜਿਹੜੀ ਸੈਕੰਡ ਅਰਬਨਾਈਜੇਸ਼ਨ ਹੈ ਡਵੈਲਪ ਹੋ ਰਹੀ ਹੈ ਉਸ ਤਰ੍ਹਾਂ ਹੀ ਕਾ ਦੇਵ ਜੀ ਮੈਂ ਰੁਕ ਰਿਹਾ ਕਿ ਇਹ ਕਿਸ ਤਰ੍ਹਾਂ ਪਰਮਾਨਿਤ ਹੁੰਦਾ ਹੈ ਕਿ 2000 ਸਾਲ ਪੁਰਾਣਾ ਜਾਂ 25000 ਸਾਲ ਪੁਰਾਣਾ ਕਿਸ ਤਰ੍ਹਾਂ ਇਸ ਚੀਜ਼ ਨੂੰ ਆਪਾਂ ਪਰਮਾਨਿਤ ਇਹ ਨਾ ਪਹਿਲਾਂ ਹੁੰਦੀ ਸੀ ਕਿ ਹਰ ਚੀਜ਼ ਦੀ ਕਾਰਬਨ ਡੇਟਿੰਗ ਹੋ ਜਾਂਦੀ ਸੀ ਜੀ ਟੈਕਨੋਲੋਜੀ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਕੋਈ ਵੀ ਚੀਜ਼ ਹੈ ਤੁਸੀਂ ਉਹਨੂੰ ਗੂਗਲ ਲੈਂਸ ਦੇ ਵਿੱਚ ਪਾਓ ਫੋਟੋ ਖਿੱਚੋ ਕੋ ਸਾਡੇ ਕੋਲ ਐਪ ਹੈ Google Lens ਦੀ ਹੁਣ ਇਹ ਚੀਜ਼ ਹੈ ਜੀ ਇਹਦੀ ਫੋਟੋ ਖਿੱਚ ਕੇ ਕੋਈ ਵੀ ਦਰਸ਼ਕ ਪਾ ਸਕਦਾ Google Lens ਦੇ ਵਿੱਚ ਪਾਓ ਤੇ ਇਹਦੀ ਉਮਰ ਆ ਜੇਗੀ ਕਿ ਇਹ ਡਾਇਨਾਸੌਰ ਦੀ ਟੇਲ ਦਾ ਸਭ ਨਾਲੋਂ ਪਿਛਲਾ ਹਿੱਸਾ ਹੈਗਾ ਔਰ ਸਾਡੇ 6000 ਸਾਡੇ 6 ਕਰੋੜ ਸਾਲ ਪੁਰਾਣਾ ਹੈ ਜੀ ਡਾਇਨਾਸੌਰ ਦੀ ਇਹ ਡਾਇਨਾਸੌਰ ਦੀ ਟੇਲ ਦਾ ਹਿੱਸਾ ਹੈਗਾ ਸਭ ਤੋਂ ਲਾਸਟ ਵਾਲਾ ਹਾਂ ਸਭ ਤੋਂ ਲਾਸਟ ਹਿੱਸਾ ਹੈਗਾ ਮੈਂ ਮੈਂ ਸਾਡੇ 6 ਕਰੋੜ ਸਾਲ ਕਿਉਂ ਕਹਿਣਾ ਪੁਰਾਣਾ ਕਿਉਂਕਿ ਡਾਇਨਾਸੌਰ 6.5 ਕਰੋੜ ਕਰੋੜ ਸਾਲ ਪਹਿਲਾਂ ਹਿਸਟਰੀ ਮੁਤਾਬਕ ਖਤਮ ਹੋ ਗਏ ਸੀ ਧਰਤੀ ਤੋਂ ਇਹ ਉਸ ਤੋਂ ਪੁਰਾਣਾ ਵੀ ਹੋ ਸਕਦਾ ਹੈ ਲੇਕਿਨ ਮੈਂ ਇਹਦੀ ਉਮਰ ਜਿਹੜੀ ਘੱਟ ਤੋਂ ਘੱਟ ਲਗਾਉਣਾ ਕਿਉਂਕਿ ਮੈਂ ਇਹਦੀ ਕਾਰਬਨ ਡੇਟਿੰਗ ਨਹੀਂ ਕਰਵਾਈ ਇਸ ਤੋਂ ਘੱਟ ਦੀ ਉਮਰ ਹੋ ਵੀ ਨਹੀਂ ਸਕਦੀ ਜਿਆਦਾ ਜ਼ਰੂਰ ਹੋ ਸਕਦੀ ਹੈ ਜਿਸ ਤਰ੍ਹਾਂ ਮੈਂ ਇੱਕ ਫੌਸਿਲ ਦਿਖਾਉਣਾ ਹੈ ਇਹ ਫੌਸਿਲ ਹੈ ਜੀ ਜਿਹੜੀਆਂ ਚੀਜ਼ਾਂ ਪਥਰਾਟ ਹੋ ਜਾਂਦੀਆਂ ਨੇ ਉਹ ਫੌਸਿਲ ਨੇ ਤੇ ਜਿਹੜੀਆਂ ਚੀਜ਼ਾਂ ਮਿੱਟੀ ਦੀਆਂ ਨੇ ਉਹਨਾਂ ਨੂੰ ਅਸੀਂ ਕੁਝ ਚੀਜ਼ਾਂ ਨੂੰ ਟੈਰਾਕੋਟਾ ਕਹਿੰਦੇ ਆ ਕੁਝ ਚੀਜ਼ਾਂ ਨੂੰ ਪਾਟਰੀ ਕਹਿੰਦੇ ਆ ਹਨਾ ਹੁਣ ਟੈਰਾਕੋਟਾ ਤੇ ਪਾਟਰੀ ਅਲੱਗ-ਅਲੱਗ ਆ ਫਿਰ ਐਪੀਸੋਡ ਲੰਬਾ ਹੋ ਜਾਣਾ ਲੇਕਿਨ ਮੈਂ ਦਰਸ਼ਕਾਂ ਨਾਲ ਇੱਕ ਐ ਫੌਸਲ ਜ਼ਰੂਰ ਸਾਂਝਾ ਕਰਾਂਗਾ ਕਿ ਇਹ ਉਹ ਫੌਸਲ ਹੈ ਜਿਹੜਾ ਅਜੇ ਤੱਕ ਗੂਗਲ ਦੇ ਵਿੱਚ ਨਹੀਂ ਹੈਗਾ ਇਹ ਸਾਡੀ ਮਿਥ ਦੇ ਵਿੱਚ ਪਿਆ ਹੋਇਆ ਉਹ ਨਾਗ ਹੈ ਜਿਹੜਾ ਇੱਕ ਮੂੰਹ ਚੋਂ ਅੱਗ ਕੱਢਦਾ ਸੀ ਤੇ ਇੱਕ ਮੂੰਹ ਨਾਲ ਖਾਂਦਾ ਸੀ ਜੇਕਰ ਇੱਕ ਕੈਮਰੇ ਰਹੀਂ ਇਹ ਦਿਖਾਇਆ ਜਾ ਸਕੇ ਕਿ ਇਸ ਨਾਗ ਦੇ ਦੋ ਮੂੰਹ ਨੇ ਤੇ ਇਹ ਪਹਿਲੀ ਵਾਰੀ ਜਦੋਂ ਮੈਂ Google ਦੇ ਵਿੱਚ ਇਹਨੂੰ ਪਾਵਾਂਗਾ ਜਾਂ ਸਾਂਝਾ ਕਰਾਂਗਾ ਦੁਨੀਆ ਦੇ ਨਾਲ ਤੇ ਫਿਰ ਜਿਹੜਾ ਵੀ ਵਿਅਕਤੀ ਇਹਨੂੰ ਲੱਭੇਗਾ Google ਦੇ ਵਿੱਚੋਂ ਤੇ ਫਿਰ Google ਜਵਾਬ ਦੇਗਾ ਕਿ ਇਹ ਇੰਨਾ ਪੁਰਾਣਾ ਹੈ ਲੇਕਿਨ ਕਿਉਂਕਿ ਅਜੇ ਮੈਨੂੰ ਇਹਦੀ ਪੂਰੀ ਉਮਰ ਦਾ ਨਹੀਂ ਪਤਾ ਮੈਂ ਇਹਦੀ ਉਮਰ ਪਹਿਲੋਂ ਦਰਿਆਪਤ ਕਰਾਂਗਾ ਪੂਰੇ ਜਿਹੜੇ ਐਕਸਪਰਟ ਨੇ ਉਹਨਾਂ ਕੋਲੋਂ ਪੁੱਛਾਂਗਾ ਫਿਰ ਇਹਨੂੰ ਮੈਂ Google ਦੇ ਵਿੱਚ ਜ਼ਰੂਰ ਸਾਰੀ ਦੁਨੀਆ ਦੇ ਨਾਲ ਸ਼ੇਅਰ ਕਰਾਂਗਾ ਲੇਕਿਨ ਮੈਨੂੰ ਬੜੇ ਮਾਣ ਦੀ ਗੱਲ ਹੈ ਕਿ ਅੱਜ ਜੇਕਰ ਤੁਸੀਂ ਗੂਗਲ ਦੇ ਵਿੱਚ ਇਹਨੂੰ ਸਰਚ ਕਰੋਗੇ ਤੇ ਤੁਹਾਨੂੰ ਨਹੀਂ ਮਿਲੇਗਾ ਇਹ ਪਹਿਲਾ ਪੀਸ ਹੈ ਦੁਨੀਆ ਤੇ ਜਿਹੜਾ ਮੈਨੂੰ ਮਿਲਿਆ ਹੈਗਾ لیکن ਮੇਰੇ ਕੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਉਂ-ਜਿਉਂ ਤੁਸੀਂ ਗੱਲਾਂ ਕਰੋਗੇ ਆਪਾਂ ਉਹਨਾਂ ਨੂੰ ਹੋਰ ਸ਼ੇਅਰ ਕਰਾਂਗੇ ਹੋਰ ਵਿਸਤਾਰ ਦੇ ਨਾਲ ਸਾਰੇ ਦਰਸ਼ਕਾਂ ਨੂੰ ਅਸੀਂ ਜਾਣੂ ਕਰਵਾਵਾਂਗੇ ਬੇਸ਼ਮਾਰ ਚੀਜ਼ਾਂ ਨੇ ਸਾਡੀ ਹਿਸਟਰੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਔਰ ਜਿਹੜਾ ਜੂਆ ਵਰਗ ਹੈ ਜਿਹੜੇ ਵਿਦਿਆਰਥੀ ਵਰਗ ਹੈ ਉਹਨਾਂ ਦਾ ਹਿਸਟਰੀ ਨਾਲ ਜੋੜਨਾ ਹਿਸਟਰੀ ਦੇ ਵਿੱਚ ਇੰਟਰਸਟ ਕਾਇਮ ਕਰਕੇ ਪੜਨਾ ਬਹੁਤ ਜ਼ਰੂਰੀ ਹੈ ਮੈਂ ਨਿਊਜ਼ 9 ਨੂੰ ਇਹ ਮੁਬਾਰਕਬਾਦ ਦਿੰਨਾ ਹੈ ਕਿ ਉਹਨਾਂ ਨੇ ਇਹ ਐਪੀਸੋਡ ਦੀ ਲੜੀ ਸ਼ੁਰੂ ਕੀਤੀ ਹੈ ਜਿਉਂ-ਜਿਉਂ ਅਸੀਂ ਅੱਗੇ ਵਧਾਂਗੇ ਤੁਹਾਨੂੰ ਹੋਰ ਜਿਹੜੀਆਂ ਹਿਸਟਰੀ ਨਾਲ ਜੁੜੀਆਂ ਹੋਈਆਂ ਕੀਮਤੀ ਗੱਲਾਂ ਨੇ ਉਹਨਾਂ ਦੇ ਨਾਲ ਜ਼ਰੂਰ ਜੋੜਨ ਦੀ ਕੋਸ਼ਿਸ਼ ਕਰਾਂਗੇ। ਦੇਵ ਜੀ ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੀ ਕੁਝ ਕਲੈਕਸ਼ਨ ਹੈਗੀ ਇਸ ਦੇ ਵਿੱਚ? ਇਹ ਕਿਉਂਕਿ ਮੇਰੇ ਕੋਲ ਬਹੁਤ ਲੰਬੀ ਕਲੈਕਸ਼ਨ ਹੈ। ਜੀ। ਔਰ ਬਹੁਤ ਅਲੱਗ-ਅਲੱਗ ਪੀਰੀਅਡ ਦੀ ਕਲੈਕਸ਼ਨ ਹੈ। ਜੀ। ਉਸ ਪੀਰੀਅਡ ਦੇ ਵਿੱਚ ਲੋਕ ਜਿਹੜਾ ਵੀ ਸਮਾਨ ਵਰਤਦੇ ਰਹੇ ਜੀ। ਉਹ ਸਾਰੀ ਕਲੈਕਸ਼ਨ ਹੈਗੀ ਉਹ ਸਾਰੇ ਬਰਤਨ ਹੈਗੇ ਆ। ਜਿਹੜੇ ਵੀ ਬਰਤਨ ਜਿਹੜੀਆਂ ਵੀ ਚੀਜ਼ਾਂ ਹਕਮਤ ਦੇ ਨਾਲ ਜੁੜੀਆਂ ਹੋਈਆਂ ਸੀ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੀ ਪਿਆਲੇ ਹੈਗੇ ਨੇ ਬਹੁਤ ਤਰ੍ਹਾਂ ਦੇ ਪੌਟ ਹੈਗੇ ਨੇ ਬੜੀ ਤਰ੍ਹਾਂ ਦੇ ਔਰ ਜਿਹੜੇ ਪੂਜਾ ਵਾਸਤੇ ਸਾਡੇ ਉਸ ਵੇਲੇ ਜਿਸ ਤਰ੍ਹਾਂ ਨੰਦੀ ਬੌਲਦਾ ਅਸੀਂ ਉਹਦੀ ਪੂਜਾ ਕਰਦੇ ਸੀ ਵੈਸੇ ਹੀ ਹਿੰਦੂ ਮਿਥੋਲੋਜੀ ਦੇ ਵਿੱਚ ਅਸੀਂ ਹਰ ਜਾਨਵਰ ਦੀ ਪੂਜਾ ਕੀਤੀ ਹੈ ਹਰ ਪਰਿੰਦੇ ਦੀ ਪੂਜਾ ਕੀਤੀ ਹੈ ਔਰ ਹਰ ਦੇਵਤਾ ਦਾ ਇੱਕ ਵਾਹਨ ਬਣਾਇਆ ਜਿਹੜੇ ਜਾਂ ਪਰਿੰਦੇ ਸੀਗੇ ਜਾਂ ਜਾਨਵਰ ਸੀਗੇ ਉਹ ਇਸ ਕਰਕੇ ਕਿ ਜਿਹੜੇ ਜੰਗਲੀ ਜੀਵ ਹੈ ਇਹਨਾਂ ਦੀ ਵੀ ਰੱਖਿਆ ਕੀਤੀ ਜਾ ਸਕੇ ਜੀ ਔਰ ਦੂਜੀ ਗੱਲ ਕਿ ਜਿਹੜੇ ਉਸ ਵੇਲੇ ਦੇਵੀ ਦੇਵਤਾ ਸਨ ਜੀ ਉਹਨਾਂ ਦੀ ਅਸੀਂ ਪੂਜਾ ਜਦੋਂ ਕਰਦੇ ਸੀਗੇ ਤੇ ਅਨੇਕਾਂ ਤਰ੍ਹਾਂ ਦੇ ਦੇਵੀ ਦੇਵਤਾ ਜ਼ਮੀਨ ਦੇ ਵਿੱਚੋਂ ਮਿਲਦੇ ਨੇ ਅਨੇਕਾਂ ਦੇਵੀਆਂ ਜਿਨ੍ਹਾਂ ਨੂੰ ਅਸੀਂ ਆਦ ਦੇਵੀਆਂ ਕਹਿ ਕੇ ਛੁਟਕਾਰਾ ਪਾ ਲੈਨੇ ਆ ਉਹਨਾਂ ਦੇ ਨਾਮ ਨਹੀਂ ਜਾਣਦੇ ਉਹ ਦੇਵਤੇ ਜਿਨ੍ਹਾਂ ਦੇ ਅਸੀਂ ਨਾਮ ਨਹੀਂ ਜਾਣਦੇ ਲੇਕਿਨ ਇਹ ਸਾਰੇ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜ਼ਮੀਨ ਦੇ ਵਿੱਚੋਂ ਮਿਲੇ ਆ ਅਲੱਗ-ਅਲੱਗ ਸਮਿਆਂ ਦੇ ਵਿੱਚ ਲੋਕ ਇਹਨਾਂ ਦੀ ਪੂਜਾ ਕਰਦੇ ਰਹੇ ਆ ਲੇਕਿਨ ਜਿੰਨੇ ਵੀ ਇਹ ਦੇਵਤਾ ਨੇ ਇਹਨਾਂ ਸਭ ਨਾਲੋਂ ਹੁਣ ਤੱਕ ਦੀ ਮੇਰੀ ਜਿਹੜੀ ਕਲੈਕਸ਼ਨ ਹੈ ਉਹਦੇ ਵਿੱਚ ਭਗਵਾਨ ਸ਼ਿਵ ਭਗਵਾਨ ਸ਼ਿਵ ਦੇ ਜਿਹੜੇ ਪਿੰਡੀਆਂ ਹੈਗੀਆਂ ਨੇ ਉਹ ਬਹੁਤ ਮਿਲਦੀ ਹੈ ਮੈਂ ਇੱਕ ਇੱਕ ਪਿੰਡੀ ਤੁਹਾਨੂੰ ਦਿਖਾਉਣਾ ਹੈ ਥੋੜਾ ਮੈਨੂੰ ਚੇਂਜ ਕਰਨਾ ਪੈਣਾ ਹੈ ਜੀ ਜੀ ਕਿ ਭਗਵਾਨ ਸ਼ਿਵ ਜਿਹੜਾ ਨਾ ਉਹ 10 ਕ ਹਜ਼ਾਰ ਸਾਲ ਤੱਕ ਪੁਰਾਣੇ ਮੇਰੀ ਕਲੈਕਸ਼ਨ ਦੇ ਵਿੱਚ ਹੈਗੇ ਨੇ ਜਿਸ ਤਰ੍ਹਾਂ ਇਹ ਇੱਕ ਮੌਰੀਅਨ ਪੀਰੀਅਡ ਦੀ ਹੈ ਮੌਰੀਅਮ ਪੀਰੀਅਡ ਜਿਆਦਾ ਪੁਰਾਣਾ ਨਹੀਂ ਹੈ ਅਸ਼ੋਕਾ ਦੇ ਵੇਲੇ ਦਾ ਹੈਗਾ ਤੇ ਜਿਹੜੇ ਮੌਰੀਅਨ ਲੋਕ ਸੀਗੇ ਉਹ ਪਿੰਡੀਆਂ ਬਣਾ ਕੇ ਪੂਜਾ ਕਰਦੇ ਸੀਗੇ ਇਹ ਉਹਨਾਂ ਦੀ ਸ਼ਿਵ ਦੀ ਸ਼ਿਵਲਿੰਗ ਦੀ ਪਿੰਡੀ ਹੈਗੀ ਹੈ ਲੇਕਿਨ ਮੌਰੀਅਨ ਲੋਕ ਪੱਥਰ ਨੂੰ ਪੋਲਿਸ਼ ਕਰਨ ਦੀ ਇੱਕ ਵਿਧਾ ਜਾਣਦੇ ਸੀ ਔਰ ਉਹ ਮੌਰੀਅਨ ਲੋਕਾਂ ਕੋਲ ਹੀ ਰਹਿ ਗਈ ਉਹਨਾਂ ਨੇ ਕਿਸੇ ਦੂਸਰੀ ਡਾਇਨੈਸਟੀ ਨਾਲ ਉਹ ਸ਼ੇਅਰ ਨਹੀਂ ਕੀਤੀ ਅੰਗਰੇਜ਼ਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਪੱਥਰ ਨੂੰ ਕਿਵੇਂ ਪੋਲਿਸ਼ ਕਰਾਂਗੇ ਅਸ਼ੋਕਾ ਦੇ ਜਿੰਨੇ ਸਤੰਭ ਮਿਲਦੇ ਨੇ ਪੋਲਿਸ਼ਡ ਮਿਲਦੇ ਨੇ ਅੱਜ ਵੀ ਅਸੀਂ ਹੈਰਾਨ ਹੁੰਨੇ ਆ ਉਹਨਾਂ ਨੂੰ ਦੇਖ ਕੇ ਲੇਕਿਨ ਇਹ ਕਲਾ ਹਰ ਡਾਇਨੈਸਟੀ ਦੇ ਕੋਲ ਇੱਕ ਅਲੱਗ ਤਰ੍ਹਾਂ ਦੀ ਕ੍ਰੀਏਸ਼ਨ ਸੀਗੇ ਅਲੱਗ ਤਰ੍ਹਾਂ ਦਾ ਕੰਮ ਸੀ ਉਹਨਾਂ ਦਾ ਜੀ ਉਹ ਸਾਰਾ ਜਦੋਂ ਮਿਲਦਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਜੋ ਦਰਸ਼ਕਾਂ ਨੂੰ ਦਿਖਾਓਗੇ ਆਉਣ ਵਾਲੇ ਸਮੇਂ 'ਚ ਇਹਨਾਂ ਤੇ ਭਰਪੂਰ ਅਸੀਂ ਗੱਲਾਂ ਕਰਾਂਗੇ ਤੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਜੇ ਇੱਕ ਡਾਇਨਾਸਟੀ ਨੇ ਇੰਨਾ ਸੋਹਣਾ ਕੰਮ ਕੀਤਾ ਤੇ ਬਾਕੀ ਡਾਇਨਾਸਟੀ ਨੇ ਕਿੰਨਾ ਕੰਮ ਕੀਤਾ ਹੋਵੇਗਾ ਗੁਪਤਾ ਪੀਰੀਅਡ ਦਾ ਕੰਮ ਹੈਰਾਨ ਕਰਨ ਵਾਲਾ ਕੰਮ ਹੈ ਉਹ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਮੇਂ-ਸਮੇਂ 'ਤੇ ਆਉਣ ਵਾਲੀਆਂ ਐਪੀਸੋਡਸ ਦੇ ਵਿੱਚ ਸਾਂਝਾ ਕਰਾਂਗੇ ਦੇਵਦਰਦ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਪਰਿਸ਼ਾਸ਼ਕੀ ਕਾਲ ਜੀ ਦੁਆਰਾ ਬੇਹੱਦ ਸ਼ੁਕਰੀਆ ਜੀ ਤੁਹਾਡਾ ਇਸਨ ਦੀਵਦਰ ਜੀ ਜਿਨ੍ਹਾਂ ਦਾ ਪੁਰਾਤਨ ਸਭਿਤਾ ਅਤੇ ਕਵਿਤਾਵਾਂ ਨਾਲ ਸਭਿਆਚਾਰ ਨਾਲ ਬਹੁਤ ਪੁਰਾਣਾ ਤੇ ਡੂੰਗਾ ਰਿਸ਼ਤਾ ਹੈ ਮਿਲਦੇ ਹਾਂ ਅਗਲੀ ਵਾਰ ਇਹਨਾਂ ਦੇ ਨਾਲ ਹੋਰ ਜਾਣਕਾਰੀ ਦੇ ਨਾਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਬਣੇ ਰਹੋ ਨਿਊਜ਼ 9 ਪੰਜਾਬ ਦੇ ਨਾਲ you uh -huh.